ਜਦੋਂ ਵੀ ਦਫ਼ਤਰ ਦੇ ਕੋਲ ਜਾਵਾਂ ਤੇ ਮਾਰਦਾ ਸੀ ਛਾਂ ਤੇ ਕਹਿੰਦਾ ਸੀ ਜਾ ਪੇੜ ਥਲ ਕਹਾਣੀ ਅੱਬੂ ਨਾਲ ਪਟਵਾ ਅੱਬੂ ਕਹਿੰਦਾ ਲੋ ਪਾਲੀ ਭਰ ਕੇ ਤੇ ਮੈਂ ਪਿੱਛੋਂ ਮਿੱਟੀ ਬੁਲਾਉਂਦਾ ਤਾਂ ਪੱਟਣਾ ਹੀ ਹੈਗੀ ਸੀ ਪੱਟ ਕੇ ਤੇ ਚਾ ਪੇ ਭੂ ਕੇ ਤੇ ਪੇੜ ਨੂੰ ਲੱਗ ਜਾਣਾ ਤੇ ਘਰੇ ਹੀ ਚਲਾ ਜਾਣਾ ਰਾਤੀ ਜਾਂਦੇ ਸੀ ਤੇ 12-14 ਘੰਟੇ ਹੋ ਜਾਂਦੇ ਸੀ ਅੰਮੀ ਕਹਿੰਦੀ ਚੱਲ ਆਈਆ ਚੱਲੀਏ ਆਟਾ ਨਹੀਂ ਸੀ ਹੈਗਾ ਅਸੀਂ ਅੱਧੇ ਭੁੱਖੇ ਸੌ ਜਾਂਦੇ ਅੱਧੇ ਖਾ ਕੇ ਸੌ ਜਾਂਦੇ ਤੰਗੀਆਂ ਪੱਠੇ ਦੇ ਆਉਂਦੀਆਂ ਨੇ ਨਾ ਅੰਮੀ ਕਹਿੰਦੀ ਚੱਲ ਚੱਲੀਏ ਕਿੰਗਰੇ ਆਟਾ ਉਟਾ ਲਿਆਉਂਦੇ ਸੀ ਆਟੇ ਲਿਆਉਂਦੇ ਸੀ ਕੱਪੜੇ ਲਿਆਉਂਦੇ ਸੀ ਕੱਪੜੇ ਲਿਆਉਂਦੇ ਸੀ ਆਟਾ ਲਿਆਉਂਦਾ ਸੀ ਅਤੇ ਮਤਲਬ ਜਦੋਂ ਵੀ ਪਿੰਡੜੀ ਵੇਖ ਲੈਂਦੇ ਨਾ ਉੱਥੇ ਲੰਬਿਆ ਪਾ ਦਿੰਦੇ ਭੈਣ ਫੋਤ ਠੀਕ ਹੀ ਤੇ ਅਸੀਂ ਪੈਸੇ ਮੰਗੇ ਸੀ ਦਵਾਈ ਦੇ ਪੈਸੇ ਦਿੰਦਾ ਨਹੀਂ ਸੀ ਮੇਰੀ ਭੈਣ ਉੱਥੇ ਫੋਤ ਹੋ ਗਈ ਜਦੋਂ ਮਰ ਗਈ ਨਾ ਉਦੋਂ ਕਹਿ ਉਹਨੇ ਐ ਲਓ ਪੈਸੇ ਜਾ ਕੇ ਦਵਾਈ ਲਿਆ ਅਸੀਂ ਕਹਿੰਦੇ ਹੁਣ ਤਾਂ ਮਰ ਗਈ ਹੁਣ ਕਿੱਧਰੋਂ ਦਵਾਈ ਲਿਆਈਏ ਦੂਸਰੇ ਬੱਚੇ ਨਹੀਂ ਜਿਹੜੇ ਵੇਲੇ ਉਹ ਪੜ੍ਹ ਲੈਂਦੇ ਜਿਹੜੇ ਕੰਮ ਵਾਲੇ ਨੇ ਉਹ ਨਹੀਂ ਪੜ੍ਹ ਸਕਦੇ ਉਹਨਾਂ ਨੂੰ ਵੇਖ ਲੈਣਾ ਕੰਮ ਵਾਲਿਆਂ ਨੂੰ ਉਹਨੂੰ ਉੱਥੇ ਹੀ ਫੜ ਲੈਂਦੇ ਤੁਸੀਂ ਪੜ੍ਹਦੇ ਬੈਠੇ ਜੇ ਤੁਹਾਨੂੰ ਕੰਮ ਨਹੀਂ ਯਾਦ ਆਉਂਦਾ ਅਸੀਂ ਕਹਿੰਦੇ ਜਾਂਦੇ ਹੁਣ ਅੱਬੂ ਚੱਲਿਆ ਗਿਆ ਸੀ ਮੁਲਤਾਨ ਪੈਸੇ ਪੂਸੇ ਲੈਣ ਅਤੇ ਅੰਮੀ ਨੂੰ ਚੁੱਕ ਕੇ ਟਰੈਕਟਰ 'ਤੇ ਮਾਰੇ ਕਿੱਦੇ ਰਾਤ ਉੱਧਰ ਸਮਾਨ ਦਿੱਤੇ ਇੱਕ 12 ਵਾਲੇ ਕਹਿੰਦੇ ਇਹਨੂੰ ਤਾਲਾ ਲਾ ਕੇ ਰੱਖਣਾ ਜੀ ਅਤੇ ਟੱਲੇ ਸੌਂਦੇ ਸੀ ਅਤੇ ਅੱਬੂ ਨੂੰ ਮਾਰਿਆ ਨੂੰ ਅਤੇ ਅੰਮੀ ਨੂੰ ਵੀ ਮਾਰਿਆ ਅਤੇ ਦਿਨ ਦਾ ਉੱਧਰ ਅਤੇ ਰਾਤ ਦਾ ਉੱਧਰ